ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੁਨੀਆ ਭਰ ਵਿੱਚ ਬੈਠ ਕੇ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਰਸ, ਅੱਜ ਅਸੀਂ ਜਿਹੜਾ ਬਰਗਾੜੀ ਦੇ ਵਿੱਚ ਇਨਸਾਫ ਮੋਰਚਾ ਲੱਗਿਆ ਹੋਇਆ ਉਹਦੇ ਬਾਬਤ ਗੱਲਬਾਤ ਕਰਾਂਗੇ। 1 ਜੂਨ ਦਾ ਦਿਨ ਸੀ ਜਦੋਂ ਬਰਗਾੜੀ ਮੋਰਚੇ ਦੀ ਸ਼ੁਰੂਆਤ ਹੋਈ ਸੀ, ਉੱਥੇ ਇਕੱਠ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੁੰਦੀ ਹੈ, ਉਹਦੀ ਵਰੇਗੰਢ ਮੌਕੇ ਇਕੱਠ ਹੁੰਦਾ ਹੈ ਅਤੇ ਉੱਥੋਂ ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ, ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਵੱਲੋਂ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਸੀ, ਧਿਆਨ ਸਿੰਘ ਮੰਡ, ਉਹਨਾਂ ਵੱਲੋਂ ਇਸ ਮੋਰਚੇ ਦੀ ਸ਼ੁਰੂਆਤ ਕੀਤੀ ਗਈ। ਅੱਜ ਲਗਭਗ 2 ਮਹੀਨੇ ਇਸ ਨੂੰ ਬੀਤ ਚੁੱਕੇ ਨੇ। ਇਹਦੇ ਵਿੱਚ ਬਾਅਦ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਇੱਕ ਉਹਦੇ ਵਿੱਚ ਕੁਝ ਖਾਸ ਨੁਕਤੇ ਨੇ, ਜਿਵੇਂ ਕਿ ਅਕਾਲੀ ਦਲ ਬਾਦਲ ਵੱਲੋਂ ਖੁੱਲ੍ਹ ਕੇ ਇਹਦੀ ਵਿਰੋਧਤਾ ਕਰਨਾ। ਇਸ ਮੋਰਚੇ ਦੀਆਂ 3 ਮੰਗਾਂ ਨੇ, ਇੱਕ ਤਾਂ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਬਹਿਬਲ ਕਲਾਂ ਜਿਹੜਾ ਗੋਲੀਕਾਂਡ ਹੋਇਆ ਸੀ, ਸਿੱਖ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ, ਉਹਨਾਂ ਦੇ ਉੱਪਰ ਪੁਲਿਸ ਵੱਲੋਂ, ਪੰਜਾਬ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ, ਉਹਨਾਂ ਪੁਲਿਸ ਵਾਲੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਫੜ ਕੇ ਜੇਲ੍ਹੀ ਡੱਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਅਤੇ ਤੀਜਾ ਜਿਹੜਾ ਹੈਗਾ, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਾਂ ਜਿਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਉਹਨਾਂ ਨੂੰ ਤਬਦੀਲ ਕੀਤਾ ਜਾਵੇ। ਇਹ 3 ਮੇਨ ਜਿਹੜੀਆਂ ਮੰਗਾਂ ਹੈਗੀਆਂ ਨੇ ਇਸ ਬਰਗਾੜੀ ਇਨਸਾਫ ਮੋਰਚੇ ਦੀਆਂ ਨੇ। ਅਕਾਲੀ ਦਲ ਬਾਦਲ ਵੱਲੋਂ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹਦੇ ਖਿਲਾਫ਼ ਬਿਆਨ ਪਾਰਲੀਮੈਂਟ ਦੇ ਵਿੱਚ ਦਿੱਤਾ ਹੈਗਾ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਸਾਰੀ ਡਿਸਕਸ਼ਨ ਤੋਂ ਬਾਅਦ ਉਹਨਾਂ ਨੇ ਆਫੀਸ਼ੀਅਲੀ ਇਹਦਾ ਵਿਰੋਧ ਕੀਤਾ, ਕਿਹਾ ਕਿ ਕਾਂਗਰਸ ਨੇ ਇਹਦੀ ਪਿੱਠ 'ਤੇ ਹੈਗੀ ਹੈ, ਵਿਦੇਸ਼ੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਗਈਆਂ ਨੇ। ਸੋ ਓਵਰਆਲ ਇਹ ਸਿਚੁਏਸ਼ਨ ਇਸ ਵਕਤ ਕੀ ਬਣੀ ਹੋਈ ਹੈ, ਸਿੱਖ ਸੰਗਤ ਇਹਦੇ 'ਤੇ ਕੀ ਵਿਚਾਰ ਰੱਖਦੀ ਹੈ ਅਤੇ ਡਾਇਸਪੋਰਾ ਸਿੱਖਾਂ ਦਾ ਇਸ ਦੇ ਵਿੱਚ ਕੀ ਰੋਲ ਹੈਗਾ, ਇਹਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਇੱਥੋਂ ਨਿਊਯਾਰਕ ਤੋਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਿੰਮਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਸ਼ੁਰੂਆਤ ਕਰੀਏ, ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਥੋੜ੍ਹੀ ਜਿਹੀ ਜਿਹੜੀ ਇਹਦੀ ਬੈਕਗ੍ਰਾਉਂਡ ਹੈਗੀ ਹੈ ਉਹ ਦਿੱਤੀ ਹੈ, ਸੋ ਤੁਸੀਂ ਕੀ ਸਮਝਦੇ ਹੋ ਅਕਾਲੀ ਦਲ ਬਾਦਲ ਦਾ ਕੋਰ ਕਮੇਟੀ ਤੋਂ ਬਾਅਦ ਆਪਣੇ ਮਨਜੀਤ ਸਿੰਘ ਜਿਹੜੇ ਆਪਣੇ ਸਿਰਸਾ ਹੈਗੇ ਆ ਅਤੇ ਆਪਣੇ ਮਜੀਠੀਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵਿਰੋਧਤਾ ਕੀਤੀ, ਚੰਦੂ ਮਾਜਰਾ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਸ ਗੱਲ ਦਾ ਬਿਆਨ ਦਿੱਤਾ, ਵਿਦੇਸ਼ੀ ਸਿੱਖਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ, ਕਾਂਗਰਸ ਦੇ ਏਜੰਟ ਕਿਹਾ ਗਿਆ। ਸੋ ਇਹ ਇਸ਼ੂ ਜਿਹੜਾ ਹੈਗਾ ਉਹ ਸਿੱਖ ਸੰਗਤਾਂ ਦੇ ਮਨਾਂ ਨੂੰ ਤਾਂ ਟੱਚ ਕਰਦਾ, ਪਰ ਅਕਾਲੀ ਦਲ ਬਾਦਲ ਵੱਲੋਂ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ? ਦੇਖੋ ਅਮਰਵੀਰ ਸਿੰਘ ਜੀ, ਮੈਂ ਸਮਝਦਾ ਨਾ, ਜਿਵੇਂ ਸ਼ਬਦ ਹੈਗਾ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਆ, ਇਹ ਪਾਪ ਦਾ ਜਿਹੜਾ ਘੜਾ ਆ ਉਹ ਬਾਦਲ ਦਲੀਆਂ ਦਾ ਖਾਸ ਕਰਕੇ ਭਰਿਆ ਹੋਇਆ। ਜਿਵੇਂ ਅਸੀਂ ਪਿਛਲੇ ਦਿਨੀ ਦੇਖਿਆ, ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਕੇ ਜੀ ਮਨਜਿੰਦਰ ਸਿੰਘ ਸਿਰਸਾ, ਬਿਕਰਮਜੀਤ ਸਿੰਘ ਮਨਜੀਠੀਆ ਔਰ ਪਾਰਲੀਮੈਂਟ ਦੇ ਵਿੱਚ ਜਿਹੜਾ ਲੋਕ ਸਭਾ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਔਰ ਇਹਨਾਂ ਦੇ ਹੋਰ ਕਈ ਜਿਹੜੇ ਅਕਾਲੀ ਦਲ ਬਾਦਲ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਦਾ ਬੁਖਲਾਹਟ ਜਿਹੜੀ ਆ, ਕਿਉਂਕਿ ਬਰਗਾੜੀ ਕਾਂਡ ਜਿਹੜਾ ਹੋਇਆ ਉਹਨਾਂ ਦੀ ਸਰਕਾਰ ਵੇਲੇ ਹੋਇਆ, ਸੋ ਮੈਂ ਸਮਝਦਾ ਵੀ ਉਹਨਾਂ ਦੇ ਹੱਥ ਜਿਹੜੇ ਸਿੱਧੇ ਰੂਪ ਦੇ ਵਿੱਚ ਬਰਗਾੜੀ ਕਾਂਡ ਦੇ
ਚਾਹੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਦੇ ਗੋਲੀ ਚਲਾਉਣ ਦੀ ਗੱਲ ਹੋਵੇ ਜੀ, ਚਾਹੇ ਅਣਪਛਾਤੀ ਪੁਲਿਸ ਕਹਿ ਕੇ ਕੇਸ ਦਰਜ ਕਰਨ ਦੀ, ਸੋ ਕਿਤੇ ਨਾ ਕਿਤੇ ਜਿਹੜੀ ਗੋਲੀ ਚਲਾਉਣ ਦਾ ਹੁਕਮ ਵੀ ਉਹ ਸੁਖਬੀਰ ਬਾਦਲ ਦੇ ਵੱਲ ਨੂੰ ਉਂਗਲ ਸਿੱਧੀ ਹੁੰਦੀ ਸੀ, ਕਿਉਂਕਿ ਉਸ ਡਿਪਾਰਟਮੈਂਟ ਦਾ ਜਿਹੜਾ ਉਹ ਡਿਪਾਰਟਮੈਂਟ ਹੀ ਜਿਹੜਾ ਆ ਸੁਖਬੀਰ ਸਿੰਘ ਬਾਦਲ ਦੇ ਅੰਡਰ ਸੀਗਾ ਜੀ। ਸੋ ਉਹ ਸਾਰੇ ਪਾਪ ਕਿਤੇ ਨਾ ਕਿਤੇ ਜਿਹੜੀ ਆ ਇੱਕ ਜਿਹੜੀ ਇਹਨਾਂ ਨੇ ਕਮਿਸ਼ਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬਣਾਇਆ ਸੀ, ਸੋ ਉਸ ਕਮਿਸ਼ਨ ਦੀ ਰਿਪੋਰਟ ਅੱਜ ਤੱਕ ਵੀ ਜਨਤਕ ਜਿਹੜੀ ਆ ਪ੍ਰਕਾਸ਼ ਚੰਦ ਬਾਦਲ ਨੇ ਨਹੀਂ ਕੀਤੀ ਜੀ। ਸੋ ਉਸ ਤੋਂ ਬਾਅਦ ਇੱਕ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੈਪਟਨ ਅਮਰਿੰਦਰ ਨੇ ਜਿਹੜਾ ਬਿਠਾਇਆ ਆ, ਸੋ ਉਹਦੀ ਰਿਪੋਰਟ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਪ੍ਰੇਮ ਚੰਦੂਮਾਜਰੇ ਦਾ ਲੋਕ ਸਭਾ ਦੇ ਵਿੱਚ ਬੋਲਣ, ਬਖਲਾਹਟ ਬਰਗਾੜੀ ਕਾਂਡ ਦਾ ਜਿਹੜਾ ਬਰਗਾੜੀ ਮੋਰਚਾ ਚੱਲ ਰਿਹਾ ਅੱਜ ਦੇ ਸਮੇਂ 'ਚ ਜੀ, ਅੱਜ 57 ਦਿਨ ਹੋ ਗਏ, ਸੋ ਉਸ ਮੋਰਚੇ ਦੇ ਅਗੇਂਸਟ ਬੋਲਣਾ ਕਿ ਇਹ ਕਾਂਗਰਸ ਦੀ ਚਾਲ ਆ। ਸੋ ਉਹ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਮਨਜਿੰਦਰ ਸਿਰਸਾ ਔਰ ਬਿਕਰਮ ਮਨਜੀਠੀਆ, ਸੋ ਕਿਤੇ ਨਾ ਕਿਤੇ ਇਹਨਾਂ ਨੂੰ ਇਹਨਾਂ ਦੇ ਪਾਪ ਜਿਹੜੇ ਕੰਬਣ ਲੱਗ ਪਏ ਆ, ਇਹਨਾਂ ਦੇ ਹੱਥ ਸਿੱਧੇ ਰੂਪ ਦੇ ਵਿੱਚ ਉਸ ਬਰਗਾੜੀ ਕਾਂਡ ਦੇ ਵਿੱਚ ਸ਼ਾਮਿਲ ਹਨ। ਸੋ ਉਹ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਸਾਹਮਣੇ ਜਿਹੜੀ ਆਉਣ ਦੇ ਕਾਰਨ ਕਰਕੇ ਉਹ ਡਰਦੇ ਪਏ ਆ ਕਿ ਅਸੀਂ ਨੰਗੇ ਹੋਵਾਂਗੇ। ਸੋ ਪੰਥ ਨੇ ਕਦੇ ਵੀ ਇਹਨਾਂ ਲੋਕਾਂ ਨੂੰ ਮਾਫ਼ ਕੀਤਾ ਨਹੀਂ, ਨਾ ਕਰਨਾ, ਕਿਉਂਕਿ ਇਹ ਲੋਕ ਜਿਹੜੇ ਆ ਹੁਣ ਕੈਪਟਨ ਅਮਰਿੰਦਰ ਨੇ ਇਹ ਵੀ ਜਿਹੜਾ ਐਲਾਨ ਕੀਤਾ ਕਿ ਜਿਹੜਾ ਨੈਕਸਟ ਸੈਸ਼ਨ ਜਿਹੜਾ ਵਿਧਾਨ ਸਭਾ ਦੇ ਵਿੱਚ ਉਸ ਰਿਪੋਰਟ ਨੂੰ ਪੇਸ਼ ਕੀਤਾ ਜਾਏਗਾ, ਉੱਥੇ ਉਹ ਜਿਹੜੀ ਰਿਪੋਰਟ ਦੱਸੀ ਜਾਏਗੀ। ਉਹ ਕਿਤੇ ਨਾ ਕਿਤੇ ਜਿਹੜੀਆਂ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਜਾਂ ਲੋਕ ਸਭਾ ਦੇ ਵਿੱਚ ਚੰਦੂਮਾਜਰੇ ਵੱਲੋਂ ਬੋਲਣਾ, ਉਹ ਇਸ ਗੱਲ 'ਤੇ ਦਬਾਅ ਬਣਾਉਣਾ ਕੈਪਟਨ ਅਮਰਿੰਦਰ 'ਤੇ, ਕਿਉਂਕਿ ਇਹ ਜਿਹੜੀਆਂ ਸਰਕਾਰਾਂ ਆਉਂਦੀਆਂ, ਕੈਪਟਨ ਅਮਰਿੰਦਰ ਵੀ ਕੋਈ ਦੁੱਧ ਧੋਤਾ ਨਹੀਂ ਹੈਗਾ। ਇਹ ਰਿਪੋਰਟ ਆਉਣ ਦੇ ਕਾਰਨ ਕਰਕੇ ਇਹਨਾਂ ਦਾ ਦਬਾਅ ਬਣਾਉਣਾ ਜਿਹੜਾ ਆ ਬਾਦਲ ਦਲੀਆਂ ਦਾ ਕਾਂਗਰਸ 'ਤੇ, ਇਹ ਦੋਨੇ ਫਿਕਸ ਮੈਚ ਜਿਹੜਾ ਫਰੈਂਡਲੀ ਖੇਡ ਰਹੀਆਂ, ਕਿਉਂਕਿ ਕੈਪਟਨ ਅਮਰਿੰਦਰ ਦੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਨੈਗੇਟਿਵ ਜਿਹੜੀਆਂ ਉਹ ਪੰਥ ਪ੍ਰਤੀ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਆ। ਸੋ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਇਹ ਜਿਹੜੀਆਂ ਇਹ ਗੇਮ ਚੱਲ ਰਹੀ ਆ। ਸੋ ਇਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਮਨੁੱਖਤਾ ਦੇ ਸਰਬ ਸਾਂਝੇ ਗੁਰੂ ਸਨ। ਸੋ ਬੇਹੁਰਮਤੀ ਦਾ ਜਿਹੜਾ ਆ ਉਹ ਇਨਸਾਫ ਤਾਂ ਕੀ ਦੇਣਾ ਸੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਗੋਲੀ ਦੇ ਨਾਲ ਸ਼ਹੀਦ ਕੀਤਾ ਗਿਆ, ਔਰ ਨਿਹੱਥਿਆਂ ਸੰਗਤਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨੂੰ ਪਾਣੀ ਦੀਆਂ ਵਿਛਾੜਾਂ, ਗੰਦੇ ਪਾਣੀ ਦੀਆਂ ਵਿਛਾੜਾਂ ਕਰ ਰਹੀਆਂ ਜੀ। ਔਰ ਇਨਸਾਫ ਅੱਜ ਵੀ ਜਦੋਂ ਪੰਜਾਬ ਦੇ ਵਿੱਚ ਹਲੇ ਵੀ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਸਾਨੂੰ ਬੇਹੁਰਮਤੀ ਦੀਆਂ ਮਿਲਦੀਆਂ, ਸੋ ਉਹਨਾਂ 'ਤੇ ਛੋਟੇ ਮੋਟੇ ਕੇਸ ਦਰਜ ਹੁੰਦੇ ਆ, ਸੋ ਉਹ ਉਹਨਾਂ ਨੂੰ ਮੁੜ ਕੇ ਜ਼ਮਾਨਤਾਂ ਦੇ ਦਿੱਤੀਆਂ ਜਾਂਦੀਆਂ। ਸੋ ਇਹ ਸਾਰਾ ਹੀ ਜਿਹੜਾ ਆ ਸਿਸਟਮ ਜਿਹੜਾ ਭਾਰਤੀ ਸਿਸਟਮ ਜਿਹੜਾ ਕਿ ਸੈਂਟਰ ਸਰਕਾਰ ਦੇ ਅਧੀਨ ਹੀ ਚੱਲਦਾ ਆ ਪੰਜਾਬ ਦਾ, ਚਾਹੇ ਉਹ ਬਾਦਲ ਆਵੇ ਚਾਹੇ ਉਹ ਕੈਪਟਨ ਅਮਰਿੰਦਰ ਆਵੇ, ਸੋ ਇਹ ਸਿਸਟਮ ਦੇ ਅੰਡਰ ਚੱਲ ਰਿਹਾ। ਸੋ ਉਹਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਉਹਦੇ ਵਿੱਚ ਇਨਸਾਫ ਦੀ ਕੋਈ ਕਿਰਨ। ਸੋ ਇਹ ਪ੍ਰੋਟੈਸਟ ਜਿਹੜਾ ਬੜਾ ਸ਼ਾਂਤਮਈ ਮੋਰਚਾ ਜਿਹੜਾ ਬਰਗਾੜੀ ਦੇ ਵਿੱਚ ਅੱਜ 57 ਦਿਨ ਜਿਹੜੇ ਆ ਉਹ ਹੋ ਗਏ ਆ, ਹੋ ਚੁੱਕੇ ਆ। ਜਿਹੜੀਆਂ ਪੰਜਾਬ ਦੇ ਲੋਕ ਜਿਹੜੇ ਆ ਕਿਸਾਨ ਮਜ਼ਦੂਰ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਸਿੱਖ ਸੰਗਤਾਂ ਆ ਮੁਹਾਰੇ ਜਿਹੜੀਆਂ ਆ ਰਹੀਆਂ, ਸੋ ਮੈਂ ਸਮਝਦਾ ਇਹਨਾਂ ਦੇ ਪਾਪ ਜਿਹੜੇ ਕੰਬ ਰਹੇ ਆ। ਸੋ ਉਸ ਰਿਪੋਰਟ ਦੇ ਸਾਹਮਣੇ ਆਉਣ ਕਰਕੇ ਭਾਵੇਂ ਕਿ ਸਪਸ਼ਟ ਕਿੰਨਾ ਕੁ ਉਸੇ ਵਿੱਚ ਹੀ ਸਵਾਹ ਸਾਬਤ ਹੋਏਗਾ ਕਿੰਨਾ ਕੁ ਉਹਦੇ 'ਚ ਸਪਸ਼ਟ ਆ, ਪਰ ਕਿਤੇ ਨਾ ਕਿਤੇ ਜਿਹੜੀ ਉਂਗਲ ਉਹ ਬਦਲ ਦਲੀਆਂ ਵੱਲ ਨੂੰ ਉੱਠ ਰਹੀ ਆ।
ਸੋ ਇਹ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਵਾਸਤੇ, ਦਬਾਅ ਬਣਾਉਣ ਵਾਸਤੇ ਇਹ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਬਿਕਰਮ ਮਨਜੀਠੀਏ ਵੱਲੋਂ ਜਾਂ ਮਨਜਿੰਦਰ ਸਿਰਸੇ ਵੱਲੋਂ ਜਾਂ ਪ੍ਰੇਮ ਚੰਦੂ ਮਾਜਰੇ ਵੱਲੋਂ, ਸੋ ਇਹ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਇਹ ਨਾਲ ਇਹ ਵੀ ਮੈਂਸ਼ਨ ਕਰ ਰਿਹਾ ਸੀ ਬਿਕਰਮ ਮਨਜੀਠੀਆ ਕਿ ਇਸ ਮੋਰਚੇ ਦੇ ਵਿੱਚ ਜਾਂ ਵਿਦੇਸ਼ੀ ਤਾਕਤਾਂ ਦਾ ਹੱਥ ਸਿੱਖ ਪ੍ਰਜਾਸ਼ਾਹੀ ਜਥੇਬੰਦੀ ਨੂੰ, ਜਿਹੜਾ ਕਿ ਰੈਫਰੈਂਡਮ 2020 12 ਅਗਸਤ ਡੈਕਲੋਰੇਸ਼ਨ ਜਿਹੜੀ ਆ ਰੈਫਰੈਂਡਮ ਦੀ ਹੋ ਰਹੀ ਆ ਲੰਡਨ ਵਿਖੇ, ਇਹ ਸਾਰੇ ਕਾਰਨ ਕਿਤੇ ਨਾ ਕਿਤੇ ਬਖਲਾਹਟ, ਭਾਵੇਂ ਉਹ ਬਰਗਾੜੀ ਮੋਰਚਾ ਹੋਵੇ ਚਾਹੇ ਲੰਡਨ ਐਲਾਨਨਾਮਾ ਹੋਵੇ, ਇਹ ਭਾਰਤੀ ਸਿਸਟਮ ਨੂੰ ਬਾਦਲ ਦਰੀਆਂ ਨੂੰ ਪਈ ਹੋਈ ਆ, ਉਹਦੇ ਵਿੱਚ ਇਹ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰਨਾ ਚਾਹੁੰਦੇ ਆ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਾਰੀ ਇਹ ਖੇਡ ਮਿਲੀ ਭੁਗਤ ਦੇ ਨਾਲ ਖੇਡੀ ਜਾ ਰਹੀ ਹੈ, ਜਿਵੇਂ ਤੁਸੀਂ ਮੈਂਸ਼ਨ ਕੀਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਉਹ ਸੌਂਪੀ ਜਾ ਚੁੱਕੀ ਹੈ ਕੈਪਟਨ ਅਮਰਿੰਦਰ ਸਿੰਘ, ਉਹਦੇ ਵਿੱਚ ਅੱਜ ਜਿਹੜੀ ਲੇਟੈਸਟ ਨਿਊਜ਼ ਹੈਗੀ ਹੈ ਇੱਕ ਨੁਕਤੇ 'ਤੇ, ਉਹਦੇ ਵਿੱਚ ਖੁੱਲ੍ਹ ਕੇ ਗੱਲ ਕਹੀ ਗਈ ਹੈ ਕਿ ਇਹਦੇ ਬਿਹਾਈਂਡ ਜਿਹੜੇ ਆਫਿਸਰਸ ਹੈਗੇ ਆ ਉਹ ਹਾਈ ਰੈਂਕਿੰਗ ਆਫੀਸ਼ਲਸ ਨੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ, ਪੰਜਾਬ ਪੁਲਿਸ ਦੇ SSP ਤੋਂ ਲੈ ਕੇ DIG ਤੱਕ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜੀ ਇਹ ਗੋਲੀ ਹੈ ਉਹ ਸਿੱਧੇ ਤੌਰ 'ਤੇ ਚਲਾਈ ਗਈ ਸੀ। ਇਹ ਗੱਲ ਸਿੱਖ ਸੰਗਤਾਂ ਵੱਲੋਂ ਜਾਂ ਸਿੱਖ ਸਫਾਂ ਦੇ ਵਿੱਚ ਆਮ ਤੌਰ 'ਤੇ ਕਹੀ ਜਾਂਦੀ ਰਹੀ ਹੈ ਹੁਣ ਤੱਕ, ਪਰ ਹੁਣ ਆਫੀਸ਼ੀਅਲੀ ਵੀ ਇਹਦਾ ਜਿਹੜਾ ਇਨਕਸ਼ਾਫ ਹੈਗਾ ਕਹਿ ਲਓ ਵੀ ਮੀਡੀਆ ਦੇ ਵਿੱਚ ਇਹ ਗੱਲ ਆਫੀਸ਼ੀਅਲੀ ਸਾਡੇ ਸਾਹਮਣੇ ਆਈ ਹੈ। ਸੋ ਤੁਹਾਨੂੰ ਲੱਗਦਾ ਵੀ ਇਸ ਇਸ਼ੂ ਦੇ ਉੱਪਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈਗੀ ਹੈ ਉਹ ਇੰਨੀ ਕੁ ਸੁਹਿਰਦ ਹੈ ਵੀ ਜਿਹੜੇ ਦੋਸ਼ੀ ਨੇ ਪੁਲਿਸ ਵਾਲੇ ਨੇ ਜਾਂ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀ ਲੈਟਰਸ ਲਿਖੀਆਂ ਗਈਆਂ ਕਿ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਵੀ ਕੀਤੀ ਗਈ ਜਾਂ ਭਾਈ ਭੱਪ ਨੂੰ ਉਹਨਾਂ ਨੂੰ ਵਾਪਸ ਪੰਜਾਬ ਲਿਆਉਣ ਦੀ ਗੱਲ ਵੀ ਸਾਡੇ ਸਾਹਮਣੇ ਆਈ ਹੈ, ਅਤੇ ਅਦਰਵਾਈਜ਼ ਵੀ ਸਿੱਖ ਸਿਆਸੀ ਕੈਦੀਆਂ ਦੇ ਇਸ਼ੂ 'ਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦੇ ਇਸ਼ੂ 'ਤੇ ਜਾਂ ਇਹ ਬਹਿਬਲ ਕਲਾਂ ਗੋਲੀ ਕਾਂਡ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੁਣ ਸਾਹਮਣੇ ਆਈ ਵੀ ਇਹਦੇ 'ਤੇ ਸੁਹਿਰਦਤਾ ਦੇ ਨਾਲ ਕੋਈ ਕਾਰਵਾਈ ਕਰੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਕੈਪਟਨ ਅਮਰਿੰਦਰ ਨੂੰ ਸੌਂਪੀ ਗਈ ਆ ਉਹਦੇ ਵਿੱਚ ਸਮੇਤ ਸੈਣੀ ਵਰਗੇ ਜਿਹੜੇ ਹੋਰ ਵੀ ਅਫੀਸਰਾਂ ਦੇ ਨਾਂ ਜਿਹੜੇ ਨਸ਼ਰ ਹੋਣੇ, ਸੋ ਇੱਕ ਚੰਗੀ ਗੱਲ ਆ ਜੇ ਕੈਪਟਨ ਅਮਰਿੰਦਰ ਇਮਾਨਦਾਰ ਹੋਵੇ, ਜੇ ਕੌਮ ਦੀ ਸੰਮਤੀ ਖੱਟਣਾ ਚਾਹੁੰਦਾ ਹੋਵੇ, ਪੰਜਾਬੀਅਤ ਦੀ ਸੰਮਤੀ ਖੱਟਣੀ, ਅਤੇ ਉਹਨੂੰ ਹੂ ਬਹੂ ਉਹ ਰਿਪੋਰਟ ਜਿਹੜੀ ਆ ਉਹ ਮੀਡੀਆ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਕਰਨੀ ਚਾਹੀਦੀ ਆ, ਜਨਤਕ ਕਰਨੀ ਚਾਹੀਦੀ ਆ। ਸੋ ਪਰ ਮੈਂ ਸਮਝਦਾ ਕਿਉਂ ਨਾ ਕਿਤੇ ਜਿਹੜਾ ਸਮੇਤ ਸੈਣੀ ਸੀ ਉਹ ਬਾਦਲਾਂ ਦੇ ਨਾਲ ਰਿਲੇਟ ਸੀਗਾ, ਕਿਉਂਕਿ ਬਾਦਲਾਂ ਦੇ ਵੇਲੇ ਉਹ DGP ਪੰਜਾਬ ਸੀ, ਠੀਕ ਹੈ ਜੀ। ਸੋ ਉਹ ਤੋਂ ਬਾਅਦ ਜੇ ਕੈਪਟਨ ਅਮਰਿੰਦਰ ਦੀ ਉਹਦੇ ਨਾਲ ਕਦੇ ਬਣੀ ਨਹੀਂ ਆ, ਸੋ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਵੀ ਚਾਹੇਗਾ ਕਿ ਮੈਂ ਬਾਦਲ ਦਲ ਅਤੇ ਅਕਾਲੀ ਦਲ ਮਾਨ 'ਤੇ ਮਾਫ਼ੀ ਚਾਹੁੰਦਾ, ਬਾਦਲ ਜਿਹੜਾ ਪ੍ਰਕਾਸ਼ ਚੰਦ ਬਾਦਲ 'ਤੇ ਜਾਂ ਬਾਦਲ ਦਲੀਆਂ ਦੀ ਜਿਹੜੀ ਜਿੰਨੀ ਵੀ ਇਹਨਾਂ ਦੇ ਲੀਡਰ ਹੈਗੇ ਆ ਉਹਨਾਂ 'ਤੇ ਦਬਾਅ ਬਣਾਉਣ ਦੀ ਜਿਹੜੀ ਆ ਉਹ ਇਸ ਰੀਜਨ ਨੂੰ ਸਮੇਤ ਸੈਣੀ ਨੂੰ ਵਰਤੇਗਾ ਕਿ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਫਰੈਂਡਲੀ ਮੈਚ ਦੀ ਗੱਲ ਕਰ ਰਿਹਾ, ਦੇਖੋ ਪੰਜਾਬ ਦੇ ਜਿੰਨੇ ਵੀ ਅੱਜ ਇਹ ਨਸ਼ਰ ਹੋ ਚੁੱਕੀ ਆ, ਮੀਡੀਆ ਕਹਿੰਦਾ ਆ ਬੋਲਦਾ ਆ ਕਿ ਜਿੰਨੇ ਵੀ ਪੰਜਾਬ ਪੁਲਿਸ ਦੇ ਅਫੀਸਰ ਆ ਜੀ ਉਹ ਜਿਹੜੀ ਆ ਡਰੱਗ ਖੁਦ ਜਿਹੜੀ ਆ ਪੰਜਾਬ ਦੇ ਵਿੱਚ ਉਹ ਲੀਡਰਾਂ ਦੀ ਮਿਲੀ ਭੁਗਤ, ਪੰਜਾਬ ਪੁਲਿਸ ਦੇ ਅਫੀਸਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਡਰੱਗ ਵਰਤਾ ਰਹੇ ਆ। ਸੋ ਬਹੁਤ ਸਾਰੇ ਅਫੀਸਰ ਵੀ ਜਿਹੜੇ ਨੰਗੇ ਹੋ ਚੁੱਕੇ ਆ, ਉਹ ਬਾਦਲ ਦਲ ਦੇ ਵੇਲੇ ਵੀ ਪਤਾ ਸੀ, ਹੁਣ ਕੈਪਟਨ ਸਰਕਾਰ ਦੇ ਵੇਲੇ ਵੀ ਪਤਾ ਆ। ਸੋ ਇਹ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਫਰੈਂਡਲੀ ਮੈਚ ਜਿਹੜਾ ਆ, ਇਹ ਜਿਹੜੀ ਰਿਪੋਰਟ ਤਾਂ ਇਹ ਕਾਫੀ ਦਿਨ ਪਹਿਲਾਂ ਦੀ ਆਲਮੋਸਟ ਮੰਥ ਪਹਿਲਗੋ ਇਹ ਜਿਹੜੀ ਰਿਪੋਰਟ ਸੌਂਪੀ ਗਈ ਆ ਜਸਟਿਸ ਰਣਜੀਤ ਸਿੰਘ ਵੱਲੋਂ ਕੈਪਟਨ ਅਮਰਿੰਦਰ ਨੂੰ ਜੀ, ਅੱਜ ਤੱਕ ਨਸ਼ਰ ਨਾ ਕਰਨ ਦੇ ਕਾਰਨ ਉਹ ਇਹ ਆ ਕਿ ਪਰਦੇ ਦੇ ਪਿੱਛੇ ਕੁਛ ਨਾ ਕੁਛ ਜਿਹੜੀ ਗੇਮ ਖਿਚੜੀ ਉਹ ਪੱਕ ਰਹੀ ਆ, ਕਿਉਂ ਨਾ ਕਿਤੇ
ਜਿਹੜੇ ਜਦੋਂ ਕੈਪਟਨ ਅਮਰਿੰਦਰ ਸੀ ਬਾਦਲਾਂ ਤੋਂ ਪਹਿਲਾਂ ਸਰਕਾਰ ਜਦੋਂ ਇਹਦੀ ਸਰਕਾਰ ਸੀ ਰਾਜ ਪੰਜਾਬ ਦੇ ਵਿੱਚ, ਸੋ ਉਸ ਵੇਲੇ ਕਾਫੀ ਘੁਟਾਲੇ ਜਿਹੜੇ ਬਾਦਲ ਕੈਪਟਨ ਅਮਰਿੰਦਰ ਨੇ ਕੀਤੇ, ਸੋ ਉਸ ਚੀਜ਼ ਨੂੰ ਇੱਕ ਦੂਜੇ ਦੇ ਦਬਾਅ ਜਿਹੜੇ ਆ ਕਿਉਂ ਕਿਤੇ ਨਾ ਕਿਤੇ ਕਾਲੇ ਕਾਰਨਾਮੇ ਜਦੋਂ ਇਹ ਪਾਵਰ ਦੇ ਵਿੱਚ ਹੁੰਦੇ ਆ ਲੀਡਰ ਪੰਜਾਬ ਦੇ, ਇਹਨਾਂ ਨੇ ਕੀਤੇ ਹੁੰਦੇ ਆ ਜਿਹੜੀਆਂ ਇਹਨਾਂ ਦੀਆਂ ਚੋਰ ਮੋਰੀਆਂ ਹੁੰਦੀਆਂ, ਉਹ ਇੱਕ ਦੂਜੀਆਂ ਸਰਕਾਰਾਂ ਨੂੰ ਬਾਖੂਬੀ ਪਤਾ ਹੁੰਦਾ ਕਿਹਨੇ ਕਿੰਨੇ ਘੁਟਾਲੇ ਕਿਹੜੇ ਗੇਮ ਕਿੱਥੇ ਕੀਤੀ ਆ, ਸੋ ਉਸ ਚੀਜ਼ ਨੂੰ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਖਿਚੜੀ ਪੱਕ ਰਹੀ ਆ। ਸੋ ਇਹਨਾਂ ਨੂੰ ਇਮਾਨਦਾਰੀ ਦਿਖਾਉਣੀ ਚਾਹੀਦੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਉਹ ਮਨੁੱਖਤਾ ਦੇ ਸਰਬ ਸਾਂਝੇ ਗੁਰੂ ਹਨ, ਕਿਉਂਕਿ ਜੇ ਰਿਪੋਰਟ ਆਈ ਆ ਅਤੇ ਜਿਹੜੀ ਰਿਪੋਰਟ ਸੌਂਪੀ ਗਈ ਆ ਉਹ ਬੜਾ ਸਮਾਂ ਵਿਦਨ ਡੇ ਨੂੰ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਨੂੰ ਉਹ ਜਨਤਕ ਕਰਨੀ ਚਾਹੀਦੀ ਸੀ। ਜੇ ਡਿਲੇ ਹੋਣ ਦਾ ਕਾਰਨ ਕਿਤੇ ਨਾ ਕਿਤੇ ਜਿਹੜਾ ਆ ਉਹ ਇਹ ਆ ਕਿ ਖਿਚੜੀ ਜਿਹੜੀ ਪਰਦੇ ਦੇ ਪਿੱਛੇ ਪੱਕ ਰਹੀ ਆ, ਸੋ ਜਿਹੜਾ ਕੌਮ ਨੂੰ ਖਾਸਦਾ ਆ, ਸੋ ਕਿਤੇ ਨਾ ਕਿਤੇ ਇਹ ਬਰਗਾੜੀ ਮੋਰਚੇ ਨੂੰ ਕੈਪਟਨ ਬਾਦਲ ਦਲੀਆਂ ਵੱਲੋਂ ਇਹ ਕਹਿਣਾ ਕਿ ਇਹ ਕਾਂਗਰਸ ਦੀ ਮਿਲੀ ਭੁਗਤ ਦੀ ਇਹ ਕਾਂਗਰਸ ਦੀ ਚਾਲ ਆ, ਇਹ ਗੱਲਾਂ ਗਲਤ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂ ਹੈਗੇ ਆ ਉਹ ਮਨੁੱਖਤਾ ਦੇ ਸਰਬ ਸਾਂਝੇ ਆ, ਉਹਦੇ ਵਿੱਚ ਨੋ ਮੈਟਰ ਪਾਰਟੀਆਂ ਜਿਹੜੀਆਂ ਕਿਹੜੀ ਆ, ਜੇ ਉਹ ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਹੋਰ ਜਿੰਨੀਆਂ ਪੰਥਕ ਜਥੇਬੰਦੀਆਂ ਲੱਗੀਆਂ, ਸੋ ਉਹਨਾਂ ਨੂੰ ਸਾਰਿਆਂ ਨੂੰ ਇਮਾਨਦਾਰੀ ਦੇ ਨਾਲ, ਕਿਉਂਕਿ ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦੀ ਆ, ਸੋ ਉੱਥੇ ਇਮਾਨਦਾਰੀ ਦਿਖਾਉਣੀ ਚਾਹੀਦੀ ਆ। ਸੋ ਇਮਾਨਦਾਰੀ ਦੇ ਵਿੱਚ ਹੀ ਉੱਥੇ ਰਿਪੋਰਟ ਜਿਹੜੀ ਆ ਉਹ ਸਾਹਮਣੇ ਆ ਕੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ। ਅੱਜ ਤੱਕ ਵਰਲਡ ਦੀ ਕੋਈ ਵੀ ਕੰਟਰੀ ਇਹੋ ਜਿਹੀ ਨਹੀਂ ਹੋਏਗੀ ਜਿਹੜੀ ਅਣਪਛਾਤੀ ਕਹਿ ਕੇ ਆਪਣੀ ਪੁਲਿਸ ਅਤੇ ਅਣਪਛਾਤੀ ਪੁਲਿਸ ਦਾ ਕੇਸ ਦਰਜ ਕਰਦੀ ਹੋਵੇ। ਇਹ ਭਾਰਤ ਵਿੱਚ ਹੋ ਰਿਹਾ, ਪੰਜਾਬ ਦੇ ਵਿੱਚ ਹੋ ਰਿਹਾ, ਸੋ ਇਹ ਉਹਨਾਂ ਲੋਕਾਂ ਨੂੰ ਉਹਨਾਂ ਪੁਲਿਸ ਅਫੀਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਔਰ ਜਿਹੜੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ 'ਚ ਹੋ ਰਹੀ ਆ, ਅਗਰ ਕੋਈ ਸਖ਼ਤ ਸਜ਼ਾਵਾਂ ਦਾ ਕਾਨੂੰਨ ਹੋਵੇ, ਉਹ ਕਾਨੂੰਨ ਬਣੇ, ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਕਿਸੇ ਬੰਦੇ ਦੀ ਕੋਈ ਜ਼ਰੂਰਤ ਨਹੀਂ ਆ, ਤਾਂ ਕਾਰਨ ਫਿਰ ਅਸੀਂ ਜਿਹੜੇ ਵਿਦੇਸ਼ੀ ਸਿੱਖ ਹਮੇਸ਼ਾ ਆਵਾਜ਼ ਉਠਾਉਂਦੇ ਹਾਂ ਕਿ ਸਾਨੂੰ ਆਪਣੇ ਨੇਸ਼ਨ ਦੀ ਲੋੜ ਆ, ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ ਜਿਹੜਾ ਕਿ ਭਾਰਤੀ ਕਬਜ਼ੇ 'ਚ ਗੁਲਾਮ ਆ, ਉਹਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਉਹਦੇ ਕਾਰਨ ਇਹੀ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਵੀ ਮਹਿਫੂਜ਼ ਨਹੀਂ ਆ ਉਸ ਧਰਤੀ 'ਤੇ। ਜੇ ਸਾਡਾ ਅੱਜ ਕੰਟਰੀ ਸਾਡਾ ਆਪਣਾ ਦੇਸ਼ ਹੁੰਦਾ ਪੰਜਾਬ ਅਤੇ ਆਜ਼ਾਦ ਹੁੰਦਾ, ਉਹ ਭਾਵੇਂ ਖਾਲਿਸਤਾਨ ਹੁੰਦਾ, ਉਹ ਅੱਜ ਉਸ ਕੰਟਰੀ ਦੇ ਵਿੱਚ ਲਾ ਹੋਣੇ ਦੇ ਸਖ਼ਤ ਦੁਨੀਆ ਦੀ ਕੋਈ ਤਾਕਤ ਨਹੀਂ ਸੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕਰ ਜਾਂਦੀ। ਅੱਜ ਬਾਈਬਲ ਦੀ ਕੋਈ ਛੇੜਖਾਨੀ ਕੋਈ ਕਰਦਾ ਕਿਸੇ ਕੰਟਰੀ 'ਚ, ਉਹਦੇ ਪਿੱਛੇ ਕੰਟਰੀਆਂ ਖੜੀਆਂ। ਜੇ ਕੋਈ ਕੁਰਾਨ ਦੀ ਗੱਲ ਕਰਦਾ ਅਤੇ ਉਹਦੇ ਪਿੱਛੇ ਕੰਟਰੀਆਂ ਮੁਸਲਮਾਨਾਂ ਦੀਆਂ। ਸਾਡੀ ਕੰਟਰੀ ਨਹੀਂ ਹੈਗੀ, ਇਹ ਵੀ ਕਾਰਨ ਇੱਕ ਹੈਗਾ ਕਿ ਸਾਡੇ ਆਪਣੇ ਹੀ ਭਰਾ ਅਤੇ ਸਾਡੇ ਨਾਲ ਪਲੇ ਗੇਮ ਕਰ ਰਹੇ ਆ, ਇਹ ਮਿਲੀ ਭੁਗਤ ਚੱਲ ਰਹੀ ਆ ਬਾਦਲ ਦਲੀਆਂ ਅਤੇ ਕਾਂਗਰਸ ਦੀ ਆਪਸੀ। ਸੋ ਇਹਨਾਂ ਨੂੰ ਇਮਾਨਦਾਰੀ ਦਿਖਾਉਣੀ ਚਾਹੀਦੀ ਅਤੇ ਉਹ ਰਿਪੋਰਟ ਜਨਤਕ ਕਰਨੀ ਚਾਹੀਦੀ ਆ। ਸੋ ਸਾਨੂੰ ਬਰਗਾੜੀ ਮੋਰਚੇ ਬਾਰੇ ਵੀ ਇਮਾਨਦਾਰੀ ਰੱਖਣੀ ਚਾਹੀਦੀ ਆ। ਬਿਲਕੁਲ ਇਹ ਕਾਂਗਰਸ ਦਾ ਨਹੀਂ ਆ, ਇਹ ਸਿੱਖਾਂ ਦਾ ਜਿਹੜਾ ਮੋਰਚਾ ਆ, ਪੰਥ ਦਰਦੀਆਂ ਦਾ ਮੋਰਚਾ ਆ, ਜਿਹੜੇ 1984 ਤੋਂ ਬਾਅਦ ਕੰਟੀਨਿਊਟੀ ਰੱਖੀ ਹੋਈ ਹੈ ਜੀ। ਜੀ ਹਿੰਮਤ ਸਿੰਘ ਜੀ, ਇਹਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਨੇ ਉਹਨਾਂ ਦੀਆਂ ਭਾਵਨਾਵਾਂ ਜ਼ਰੂਰ ਇਸ ਮੋਰਚੇ ਦੇ ਨਾਲ, ਜਾਂ ਇਹਨਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਤਿੰਨ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਸਿੱਖ ਸਿਆਸੀ ਕੈਦੀਆਂ ਦਾ ਇਸ਼ੂ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦਾ ਹੋਵੇ, ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਹੋਵੇ, ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਕਿਉਂਕਿ ਅਸੀਂ ਇਹ ਵੀ ਦੇਖਦੇ ਹਾਂ ਕਿ ਉੱਥੇ ਜਿਹੜੇ ਨੌਜਵਾਨ ਪਹੁੰਚਦੇ ਆ ਜਾਂ ਸਿੱਖ ਸੰਗਤਾਂ ਪਹੁੰਚਦੀਆਂ ਨੇ, ਉਹਨਾਂ ਦੇ ਵਿੱਚ ਦਰਜਨਾਂ ਦੀ ਇਹੋ ਜਿਹੀ ਗਿਣਤੀ ਵੀ ਹੈਗੀ ਆ ਜਿਨ੍ਹਾਂ ਨੇ ਕਿਹਾ ਜੇ ਮੋਰਚੇ ਦੀ ਨੂੰ ਸਿਰੇ ਚੜ੍ਹਾਉਣ ਦੇ ਲਈ ਸਾਨੂੰ ਸ਼ਹਾਦਤ ਵੀ ਦੇਣੀ ਪੈਂਦੀ ਹੈ ਅਤੇ ਅਸੀਂ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ, ਅਤੇ ਓਵਰਆਲ ਪੰਥਕ ਜਥੇਬੰਦੀਆਂ ਦਾ ਸਹਿਯੋਗ ਹੈ,
ਤੇ ਜਿਹੜੀ ਜਥੇਦਾਰ ਹਵਾਰਾ ਦੀ ਵੀ ਐਂਡੋਰਸਮੈਂਟ ਹੈਗੀ ਹੈ ਇਸ ਮੋਰਚੇ ਨੂੰ, ਸੋ ਇਹਦੇ ਵਿੱਚ ਇਹਨੂੰ ਸਿਰੇ ਚੜ੍ਹਾਉਣ ਦੇ ਲਈ ਜਿਹੜੀ ਹੁਣ ਅਗਲੀ ਗੱਲ ਹੈਗੀ ਹੈ ਤੁਹਾਨੂੰ ਉਹ ਕੀ ਸਮਝਦੇ ਹੋ ਵੀ ਸਿੱਖ ਸੰਗਤਾਂ ਕਿਸ ਡਾਇਰੈਕਸ਼ਨ ਦੇ ਵੱਲ ਨੂੰ ਇਹਨੂੰ ਲਿਜਾ ਸਕਦੀਆਂ ਨੇ ਜਾਂ ਕੀ ਕੀਤਾ ਜਾ ਸਕਦਾ ਤੇ ਉਹਦੇ ਵਿੱਚ ਖਾਸ ਤੌਰ ਤੇ ਜਿਹੜਾ ਡਾਇਸਪੋਰਾ ਸਿੱਖ ਹੈਗਾ ਉਹਦਾ ਕੀ ਯੋਗਦਾਨ ਹੋ ਸਕਦਾ? ਦੇਖੋ ਜੀ, ਮੈਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸ਼ਕੋਟ ਦੇ ਵਿਹਾਵ ਦੇ ਵੀ ਗੱਲ ਕਰਾਂਗਾ ਕਿ ਪੰਜਾਬ ਦੇ ਵਿੱਚ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਧਿਆਨ ਸਿੰਘ ਮਾਂਡੋ ਨੇ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਜਨਾਲਾ, ਔਰ ਬਹੁਤ ਵਾਰੀ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜੇਲ੍ਹ ਦੇ ਵਿੱਚ ਬੰਦ ਤਿਹਾੜ ਜੇਲ੍ਹ ਦਿੱਲੀ, ਉਹਨਾਂ ਨੇ ਬਹੁਤ ਸਾਰੇ ਚਿੱਠੀਆਂ ਸੰਦੇਸ਼ ਕੌਮ ਦੇ ਨਾਲ ਜਾਰੀ ਕੀਤੇ ਆ ਜੀ ਕਿ ਬੰਦੀ ਸਿੰਘਾਂ ਦਾ, ਜਿਵੇਂ ਆਪ ਜੀ ਨੇ ਦੱਸਿਆ ਕਿ ਤਿੰਨ ਜਿਹੜੇ ਮੁੱਦਿਆਂ 'ਤੇ, ਮੁੱਖ ਮੁੱਦਿਆਂ 'ਤੇ ਬਰਗਾੜੀ ਮੋਰਚਾ ਲੱਗਿਆ, ਉਹਨਾਂ ਨੇ ਹਮੇਸ਼ਾ ਗੱਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਨਾ ਕੋਈ ਕਦਮ ਪੁੱਟੇ ਜਾਣ। ਉਹਦੇ ਵਿੱਚ ਗੁਰਬਖਸ਼ ਸਿੰਘ ਖਾਲਸਾ ਜੀ ਉਹ ਸ਼ਹੀਦੀ ਵੀ ਪ੍ਰਾਪਤ ਕਰ ਗਏ ਆ, ਉਹਨਾਂ ਨੇ ਬਹੁਤ ਸਾਰਾ ਜਿਹੜਾ ਵਰਲਡ ਲੈਵਲ 'ਤੇ ਇਸ ਮੁੱਦੇ ਨੂੰ ਉਭਾਰਿਆ, ਇਹ ਕ੍ਰੈਡਿਟ ਉਹਨਾਂ ਨੂੰ ਸਲੂਟ ਆ ਮੇਰਾ ਭਾਈ ਗੁਰਬਖਸ਼ ਸਿੰਘ ਜੀ ਜਿਹੜੇ ਸ਼ਹੀਦੀ ਪਾ ਗਏ ਨੇ ਕਿ ਉਹਨਾਂ ਨੇ ਵਰਲਡ ਲੈਵਲ 'ਤੇ ਉਸ ਮੁੱਦੇ ਨੂੰ ਬੰਦੀ ਸਿੰਘਾਂ ਦੇ ਨੂੰ ਉਭਾਰਿਆ। ਉਹ ਤੋਂ ਬਾਅਦ ਬਾਪੂ ਸੂਰ ਸਿੰਘ ਖਾਲਸਾ, ਮਤਲਬ ਇਹ ਮੈਂ ਸਮਝਦਾ ਵੀ ਇਹ ਚੰਗੀ ਗੱਲ ਨਹੀਂ ਹੋਏਗੀ ਜੇ ਆਪਾਂ ਨਾਂ ਨਾ ਲਈਏ ਉਹਨਾਂ ਦਾ, ਕਿਉਂਕਿ ਉਹਨਾਂ ਨੇ ਬਹੁਤ ਕੰਮ ਕੀਤਾ ਇਹ ਵਰਲਡ ਲੈਵਲ 'ਤੇ ਇਸ ਮੁੱਦੇ ਨੂੰ ਉਭਾਰਿਆ। ਸੋ ਹੁਣ ਉਹਨਾਂ ਮੁੱਦਿਆਂ ਦੇ ਉੱਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਹਮੇਸ਼ਾ ਹੀ ਗੱਲ ਕੀਤੀ ਆ, ਔਰ ਕੌਮ ਨੂੰ ਇਹ ਸੰਦੇਸ਼ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ 'ਤੇ ਗੱਲ ਕੀਤੀ ਜਾਵੇ, ਮੋਰਚੇ ਲੱਗਣ। ਸੋ ਉਸ ਮੋਰਚੇ ਨੂੰ ਅੱਗਾ ਜਿਹੜਾ ਅੱਗੇ ਤੋਰਿਆ ਸਰਬੱਤ ਖਾਲਸਾ ਜਿਹੜੇ ਜਥੇਦਾਰ ਥਾਪੇ ਗਏ ਸੀ 15 ਦੇ ਵਿੱਚ ਜੀ, ਸੋ ਅੱਜ ਕੰਟੀਨਿਊਟੀ ਚੱਲ ਰਿਹਾ। ਸੋ ਉਸ ਮੋਰਚੇ ਦੀ ਜਿਹੜੀ ਅਗਲੀ ਰਣਨੀਤੀ ਆ, ਸੋ ਇਹ ਤਾਂ ਬਿਲਕੁਲ ਸਪਸ਼ਟ ਹੈ ਕਿ ਜਿਹੜੇ ਉੱਥੇ ਪ੍ਰਬੰਧਕ ਹੈਗੇ ਹਨ ਉਹਨਾਂ ਨੇ ਹੀ ਬਣਾਉਣੀ ਆ। ਸੋ ਅਸੀਂ ਕੋਆਰਡੀਨੇਸ਼ਨ ਵੱਲੋਂ ਹਮੇਸ਼ਾ ਸਪੋਰਟ ਕੀਤੀ ਆ, ਐਡਵਰਟਾਈਜਮੈਂਟ ਵੀ ਫੁੱਲ ਪੇਜਾਂ ਦੀਆਂ ਪੰਜਾਬ ਦੇ ਅਖਬਾਰਾਂ ਦੇ ਵਿੱਚ ਸਿੱਖਾਂ ਨੂੰ ਆਮ ਆਵਾਮ ਨੂੰ ਅਸੀਂ ਬੇਨਤੀਆਂ ਕੀਤੀਆਂ ਕਿ ਮੋਰਚੇ ਦਾ ਸਮਰਥਨ ਕੀਤਾ ਜਾਵੇ, ਔਰ ਵੱਧ ਤੋਂ ਵੱਧ ਤਾਦਾਦ ਵਿੱਚ ਅੱਜ ਵੀ ਜੇ ਦੇਖਦੇ ਹਾਂ ਬਹੁਤ ਵੱਡਾ ਤਾਦਾਦ ਵਿੱਚ ਸੰਗਤ ਉੱਤੇ ਜਾ ਰਹੀ ਆ। ਸੋ ਮੇਰੇ ਖਿਆਲ 'ਚ ਜਿਹੜੀ ਅਗਲੀ ਪਲੈਨਿੰਗ ਆ ਉਹ ਜਥੇਦਾਰਾਂ ਨੇ ਕਰ ਰਹੀ ਆ। ਸੋ ਸ਼ਹੀਦੀ ਪਾਉਣ ਦੀ ਜਿਹੜੀ ਗੱਲ ਆ, ਦੇਖੋ ਸ਼ਹੀਦੀਆਂ ਕੌਮ ਨੇ ਬਹੁਤ ਪਾ ਲਈਆਂ, ਹੁਣ ਸ਼ਹੀਦੀਆਂ ਪਾਉਣ ਦਾ ਵੇਲਾ ਨਹੀਂ, ਹੁਣ ਇਨਸਾਫ ਜਿਹੜਾ ਆ, ਤੁਸੀਂ ਅੱਜ 21 ਸੈਂਚਰੀ ਦੇ ਵਿੱਚ ਅਸੀਂ ਹੈਗੇ ਹਾਂ, ਅੱਜ ਜਿਹੜੀ ਲੜਾਈ ਆ ਉਹ ਕਾਨੂੰਨ ਦੀ ਆ, ਇਨਸਾਫ ਦੀ ਆ। ਤੁਸੀਂ ਵਰਲਡ ਦੀਆਂ ਹਰ ਇੱਕ ਕੰਟਰੀ ਦੇ ਵਿੱਚ ਜਿਹੜਾ ਸੁਹਿਰਦ ਜਾਗਰੂਕ ਜਿਹੜਾ ਪੰਜਾਬੀ ਸਿੱਖ ਆ ਉਹ ਬੈਠਾ ਆ। ਸੋ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਜਿਹੜੀਆਂ ਇਹ ਸਾਰੀਆਂ ਮੰਗਾਂ ਨੂੰ ਉਭਾਰ ਰਹੇ ਆ, UNO ਦੇ ਵਿੱਚ ਜਾ ਰਹੇ ਆ, ਸਟੇਟ ਡਿਪਾਰਟਮੈਂਟ ਨੂੰ ਅਮੈਰੀਕਾ ਦੇ ਵਿੱਚ ਮਿਲਿਆ ਜਾ ਰਿਹਾ ਆ, ਚਾਹੇ ਉਹ ਜੈਨੇਵਾ ਦੀ ਗੱਲ ਹੋਵੇ ਚਾਹੇ ਨਿਊਯਾਰਕ UN ਦੀ ਗੱਲ ਹੋਵੇ, ਅਸੀਂ ਸਾਰੇ ਪਾਸੇ ਇਹਨਾਂ ਮੰਗਾਂ ਨੂੰ ਉਭਾਰ ਰਹੇ ਹਾਂ। ਪਿਛਲੇ ਦਿਨੀ ਅਸੀਂ ਟਾਈਮ ਸਕੇਅਰ ਦੇ ਉੱਤੇ ਇੱਕ ਜਿਹੜਾ ਪ੍ਰੋਟੈਸਟ ਜਿਹੜਾ ਬਰਗਾੜੀ ਮੋਰਚੇ ਦੇ ਸਪੋਰਟ ਦੇ ਵਿੱਚ ਅਸੀਂ ਕੀਤਾ, ਉਹ ਵਰਲਡ ਦੇ ਕੋਨੇ ਕੋਨੇ ਨਿਊਜ਼ਾਂ ਗਈਆਂ। ਸੋ ਇਹ ਲੋੜ ਆ ਸਾਨੂੰ, ਪਿਛਲੇ ਦਿਨੀ ਸਾਡੇ ਕੋਲ ਜਿਹੜੇ ਦਲਿਤਾਂ ਦੇ ਲੀਡਰ ਭਾਰਤ ਤੋਂ ਬਾਹਮਣ ਮਹੇਸ਼ ਰਾਮ ਜੀ ਆਏ ਹੋਏ ਸਨ ਜੀ, ਉਹਨਾਂ ਨੇ ਵੀ ਸਾਡੀ ਇੱਕ ਛੋਟੀ ਜਿਹੀ ਮੀਟਿੰਗ ਹੋਈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਬਰਗਾੜੀ ਮੋਰਚੇ 'ਚ ਮੈਂ ਗਿਆ, ਮੈਂ ਧਿਆਨ ਸਿੰਘ ਮੰਡ ਜੀ ਉਹਨਾਂ ਨੂੰ ਜਥੇਦਾਰ ਉਹਨਾਂ ਨੂੰ ਕਿਹਾ ਕਿ ਸਾਨੂੰ ਹੁਕਮ ਕਰੋ ਵੀ ਸਾਡਾ 500 ਜ਼ਿਲ੍ਹਿਆਂ ਦੇ ਵਿੱਚ ਨੈੱਟਵਰਕ ਹੈਗਾ ਕਿ ਅਸੀਂ ਜਿਹੜਾ ਆ ਪ੍ਰੋਟੈਸਟ ਸ਼ੁਰੂ ਕਰਦੇ ਹਾਂ। ਤੋ ਮੈਂ ਉਹਨਾਂ ਨੂੰ ਕਿਹਾ ਵੀ ਸੀ ਤੁਸੀਂ ਪ੍ਰੋਟੈਸਟ ਜਿਹੜੇ ਪੂਰੇ ਭਾਰਤ ਦੇ ਵਿੱਚ ਸ਼ੁਰੂ ਕਰੋ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਸੰਬੰਧ ਦੇ ਵਿੱਚ, ਤਾਂ ਕਿ ਭਾਰਤ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦੇ ਸਰਬ ਸਾਂਝੇ ਗੁਰੂ ਆ, ਸੋ ਉਹ ਪ੍ਰੋਟੈਸਟ ਜੇ ਦਲਿਤ ਵੀ ਜਿਹੜੇ ਭਾਰਤ ਵਿੱਚ ਅਲੱਗ ਅਲੱਗ ਸੂਬਿਆਂ ਦੇ ਵਿੱਚ ਜੇ 500 ਜ਼ਿਲ੍ਹਿਆਂ ਦੇ ਵਿੱਚ ਨੈੱਟਵਰਕ ਹੈਗਾ ਆ, ਤਾਂ ਮੇਰੇ ਖਿਆਲ 'ਚ ਜੇ ਉਹ ਪ੍ਰੋਟੈਸਟ ਸ਼ੁਰੂ ਕਰ ਦੇਣ ਤਾਂ ਫਿਰ ਉਹ ਦਿਨ ਦੂਰ ਨਹੀਂ, ਕਿਉਂਕਿ ਪੰਜਾਬ ਭਾਰਤ ਦੇ ਹਰ ਇੱਕ ਜ਼ਿਲ੍ਹੇ ਹਰ ਇੱਕ ਸਟੇਟ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਹੋਣਾ ਚਾਹੀਦਾ, ਜਾਗਰੂਕਤਾ ਫੈਲੇ।
ਔਰ ਉਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਇਹ ਲੋਕ ਜਿਹੜਾ ਭਾਰਤ ਦੀ ਦਿੱਲੀ ਦੇ ਵਿੱਚ ਜਿਹੜਾ ਬ੍ਰਾਹਮਣ ਬੈਠ ਬ੍ਰਾਹਮਣਵਾਦ ਬੈਠਾ ਨਾ, ਉਹ ਕੰਸੈਪਟ ਜਿਹੜਾ ਉਹਨਾਂ ਦਾ ਇਹ ਆ ਕਿ ਜਿਹੜਾ ਦਲਿਤਾਂ ਨੂੰ, ਮਨਿਓਰਟੀ ਨੂੰ, ਸਿੱਖਾਂ ਨੂੰ ਔਰ ਪੰਜਾਬ ਨੂੰ ਕਿਵੇਂ ਦਬਾ ਕੇ ਰੱਖਣਾ। ਸੋ ਮੇਰੇ ਖਿਆਲ 'ਚ ਉਹਨਾਂ ਨੂੰ ਕਰਨਾ, ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਤੁਸੀਂ ਇਸ ਮੁੱਦੇ 'ਤੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ, ਕਿਉਂਕਿ ਜਿੰਨੇ ਸਾਡੇ ਉਹ ਗੁਰੂ ਆ ਉਨੇ ਤੁਹਾਡੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਸਾਹਿਬਾਨ ਆ, ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਆ, ਉਹ ਮਨੁੱਖਤਾ ਦੇ ਸਰਬ ਸਾਂਝੇ ਗੁਰੂ ਆ, ਹੈ ਨਾ। ਸੋ ਉਹਨਾਂ ਨੇ ਉਹ ਵੀ ਆਪਣਾ ਵਰਕਆਊਟ ਕਰਨਗੇ ਜੇ ਅਗਰ ਉਹਨਾਂ ਨੂੰ ਸਾਡੀ ਸਲਾਹ ਚੰਗੀ ਲੱਗੀ ਹੋਏ। ਸੋ ਮੇਰੇ ਖਿਆਲ 'ਚ ਬਾਕੀ ਜਿਹੜਾ ਅਗਲੀ ਰਣਨੀਤੀ ਆ ਉਹ ਜਥੇਦਾਰਾਂ ਨੇ, ਸਾਡੇ ਸਰਬੱਤ ਖਾਲਸਾ ਥਾਪੇ ਜਥੇਦਾਰਾਂ ਨੇ ਤੈਅ ਕਰਨੀ ਆ, ਅਸੀਂ ਬਿਲਕੁਲ ਉਹਨਾਂ ਦੇ ਸਪੋਰਟਰ ਆ। ਸੋ ਨਾਲ ਦੀ ਨਾਲ ਜਿਵੇਂ ਮੈਂ ਇਹ ਵੀ ਮੈਂਸ਼ਨ ਕਰਦਾ ਕਿ ਜਿਹੜਾ ਇੰਗਲੈਂਡ ਦੇ ਵਿੱਚ ਰੈਫਰੈਂਡਮ ਡੈਕਲੋਰੇਸ਼ਨ 2020 ਦੀ 12 ਅਗਸਤ ਨੂੰ ਹੋ ਰਹੀ ਆ, ਉਹ ਇੱਕ ਭਾਰਤੀ ਸਿਸਟਮ ਦੀ ਜਿਹੜੀ ਵਿਖਲਾਹਟ ਆ, ਕਿਉਂਕਿ ਗੱਲ ਜਿਹੜੀ ਬਰਗਾੜੀ ਮੋਰਚੇ ਦੀ ਕਰ ਲਓ, ਚਾਹੇ ਹੋਰ ਮੁੱਦਿਆਂ ਦੀ ਡਰੱਗ ਦੀ ਗੱਲ ਕਰ ਲਓ, ਜਾਂ ਕਿਸਾਨੀ ਮੁੱਦਿਆਂ ਦੀ ਗੱਲ ਕਰ ਲਓ, SYL ਦੀ ਗੱਲ ਕਰ ਲਓ, ਜਾਂ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਖੁਸ਼ ਹੈ, ਕਿੰਨੇ ਹੀ ਮੁੱਦੇ ਜਿਹੜੇ ਪੰਜਾਬ ਦੇ ਨਾਲ ਧੱਕਾ ਹੋ ਰਿਹਾ 1947 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ, ਉਹਦਾ ਹੱਲ ਤਾਂ ਆਜ਼ਾਦੀ ਆ। ਸੋ ਉਹਦੇ ਵੱਲ ਨੂੰ ਇੱਕ ਬੜੇ ਸਾਰਥਕ ਕਦਮ ਜਿਹੜੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਵੱਲੋਂ ਇੰਗਲੈਂਡ ਦੀ ਧਰਤੀ 'ਤੇ ਉਹ ਭਾਰਤੀ ਜਿਹੜੀ ਆ ਸਿਸਟਮ ਦੇ ਮਿਨਿਸਟਰੀ ਅਫੇਅਰ ਵੱਲੋਂ ਉਹਨਾਂ ਵੱਲੋਂ ਬਿਆਨ ਦਾਗਣੇ, ਸੋ ਉਹਨਾਂ ਦੇ ਕਾਲਜ ਜਿਹੜੀ ਉਹ ਸੱਟ ਲੱਗੀ ਆ। ਸੋ ਮੈਂ ਸਮਝਦਾ ਉਹਦੇ ਵਿੱਚ ਵੀ ਸਾਨੂੰ ਔਰ ਬਰਗਾੜੀ ਮੋਰਚਾ ਜਿਹੜਾ ਆ ਉਹਦੇ ਵਿੱਚ ਵੀ ਸਪੋਰਟ ਜਿਹੜੀ ਕਰਨੀ ਚਾਹੀਦੀ। ਜੀ, ਬਰਗਾੜੀ ਮੋਰਚੇ ਬਾਰੇ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਜਾਂਦੇ ਜਾਂਦੇ ਅਖੀਰ ਦੇ ਵਿੱਚ, ਜਿਵੇਂ ਕਿ ਅਸੀਂ ਜਿਹੜੀਆਂ ਵਿਰੋਧੀ ਆਵਾਜ਼ਾਂ ਹੈਗੀਆਂ ਨੇ, ਅਕਾਲੀ ਦਲ ਬਾਦਲ ਦੀ ਵੀ ਗੱਲ ਕੀਤੀ ਹੈ ਅਤੇ ਅਦਰਵਾਈਜ਼ ਸਰਕਾਰ ਦਾ ਜਿੱਦਾਂ ਦਾ ਰਵੱਈਆ ਹੈਗਾ ਉਹਦੀ ਵੀ ਗੱਲ ਕੀਤੀ ਹੈ, ਪਰ ਕਿਤੇ ਨਾ ਕਿਤੇ ਸਾਡੇ ਜਿਹੜੇ ਆਪਣੇ ਭਾਵੇਂ ਉਹ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਦੇ ਆ, ਉਹਨਾਂ ਵੱਲੋਂ ਵੀ ਜਿਹੜੀਆਂ ਵਿਰੋਧ ਦੀਆਂ ਸੁਰਾਂ ਨੇ ਕਿਤੇ ਨਾ ਕਿਤੇ ਉਹ ਉੱਠਦੀਆਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਕਦੇ ਕੋਈ ਪੈਸਿਆਂ ਦੀ ਗੱਲ ਹੁੰਦੀ ਹੈ, ਕਦੇ ਕੋਈ ਹੋਰ ਜਿਹੜੀ ਹੈਗੀ ਹੈ ਜਿਹੜੀ ਆਪਸੀ ਮਤਭੇਦ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ। ਸੋ ਤੁਹਾਨੂੰ ਲੱਗਦਾ ਵੀ ਇਸ ਜਿਹੜੀ ਮੋਰਚੇ ਨੂੰ ਲੀਡ ਕੀਤਾ ਜਾ ਰਿਹਾ ਉਹ ਇਸ ਵਕਤ ਠੀਕ ਡਾਇਰੈਕਸ਼ਨ ਦੇ ਵੱਲ ਨੂੰ ਵੱਧ ਰਿਹਾ? ਦੇਖੋ ਜੀ, ਅਸੀਂ ਉਸ ਮੋਰਚੇ ਦੇ ਸਪੋਰਟਰ ਹੈਗੇ ਹਾਂ। ਸੋ ਇਹ ਪੰਥ ਨੇ ਲੇਖਾ ਜੋਖਾ ਸਾਡੇ ਜਿਹੜੇ ਵਿਦਵਾਨ ਬੁੱਧੀਜੀਵੀ ਆ ਉਹਨਾਂ ਨੇ ਕਰਨਾ ਹੁੰਦਾ ਜੀ ਵੀ ਕਿਸ ਡਾਇਰੈਕਸ਼ਨ ਵੱਲ ਨੂੰ ਵੱਧ ਰਿਹਾ, ਕਿਵੇਂ ਵੱਧ ਰਿਹਾ, ਠੀਕ ਹੈ ਜੀ। ਸੋ ਉਹਦੇ ਵਿੱਚ ਜਥੇਦਾਰ ਸਾਹਿਬ ਜਾਣਨ, ਪਰ ਅਸੀਂ ਉਹਦੇ ਕਿਉਂਕਿ ਕੌਜ ਜਿਹੜਾ ਆ ਉਹ ਸੱਚਾ ਅਤੇ ਸੁੱਚਾ ਆ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦਾ, ਸੋ ਅਸੀਂ ਉਹਦੇ ਸਪੋਰਟਰ ਆ। ਅਗਰ ਸਾਡੇ ਕੋਲ ਉਹ ਓਪੀਨੀਅਨ ਲੈਣਗੇ ਤਾਂ ਅਸੀਂ ਜ਼ਰੂਰ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ, ਦੇਵਾਂਗੇ। ਪਰ ਕਿਤੇ ਨਾ ਕਿਤੇ ਜਿਹੜੇ ਪੰਥ ਦੇ ਵਿੱਚ ਆਪਸੀ ਕੋਈ ਮਨ ਮੁਟਾਵ ਦੀ ਵਿਰੋਧ ਲੈਣ ਜਿਹੜੀਆਂ ਕੁਛ ਹੈਗੀਆਂ, ਸੋ ਮੈਂ ਤਾਂ ਬੇਨਤੀ ਕਰਾਂਗਾ ਕਿ ਦੇਖੋ, ਅਸੀਂ ਅਗਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਿਫੂਜ਼ ਕਰਨਾ ਆ, ਅਤੇ ਜੇ ਅਸੀਂ ਆਪਣੇ ਪੰਜਾਬ ਪ੍ਰਤੀ ਸੁਹਿਰਦੇ ਹਾਂ, ਉੱਥੇ ਹੁਣ ਨਾਸਾ ਵਾਲਿਆਂ ਨੇ ਵੀ ਕਹਿ ਤਾ ਜਿਹੜੇ ਪਾਣੀ ਵੀ ਗੰਧਲੇ ਹੋ ਚੁੱਕੇ, ਉਹਦਾ ਲੈਵਲ ਵੀ ਥੱਲੇ ਜਾ ਚੁੱਕੇ ਆ ਜੀ। ਔਰ ਜੇ ਅਸੀਂ ਰੇਗਿਸਤਾਨ ਬਣਦਾ ਦੇਖਣਾ, ਅੱਖਾਂ ਮੀਚ ਕੇ ਬੈਠੇ ਰਹਿਣਾ ਆ, ਔਰ ਉੱਥੇ ਜਿਹੜੇ ਪੰਜਾਬ ਨੂੰ ਦਿਨ ਪਰ ਦਿਨ ਜਿਹੜਾ ਸਿਸਟਮ ਤੁਸੀਂ ਪਿਛਲੇ ਦਿਨੀ ਆਪਣੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਲੀਡਰ ਹੈ ਨਾ, ਸੋ ਉਹਨਾਂ ਨੇ ਜਿਹੜੀ ਉਹਨਾਂ ਦੀ ਸਟੇਟਮੈਂਟ ਆਉਣੀ ਆ ਰੈਫਰੈਂਡਮ ਬਾਰੇ, ਔਰ ਉਸ ਤੋਂ ਉਪਰੰਤ ਉਹਨਾਂ ਨੇ ਜਿਹੜੀਆਂ ਹੋਰ ਕਈ ਬਰਗਾੜੀ ਮੋਰਚੇ ਦੇ ਵਿੱਚ ਜਾ ਕੇ ਬਰਗਾੜੀ ਮੋਰਚੇ ਦੀ ਸਪੋਰਟ ਕਰਨੀ, ਐਜ ਏ ਇੱਕ ਨਵਾਣਾ ਸਿੱਖ ਹੋਣ ਦੇਣਾ 'ਤੇ ਜੀ। ਸੋ ਉਹਨੂੰ ਉਹਦਾ ਸਿਲਾ ਕੀ ਦਿੱਤਾ,
ਉਹਨੂੰ ਵਿਰੋਧੀ ਪਾਰਟੀ ਵੱਲੋਂ ਲਾਤਾ। ਹਾਲਾਂਕਿ ਮੈਂ ਕੋਈ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਬਾਦਲ ਹੋਵੇ, ਕਾਂਗਰਸ ਹੋਵੇ, ਮੈਂ ਇਹਨਾਂ 'ਚ ਬਲੀਵ ਨਹੀਂ ਕਰਦਾ। ਗੱਲ ਆਜ਼ਾਦੀ ਨਾਲ ਨਿਪਟਣੀ ਆ, ਪਰ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਹਨ, ਜਿਹੜੇ ਲੀਡਰ ਪਾਰਟੀਆਂ ਦੇ ਵਿੱਚ, ਬਹੁਤ ਪਾਰਟੀਆਂ ਦੇ ਵਿੱਚ ਚੰਗੇ ਵੀ ਹੁੰਦੇ, ਮਾੜੇ ਵੀ ਹੁੰਦੇ ਇਨਸਾਨ। ਸੋ ਜਿਹੜਾ ਸੁਖਪਾਲ ਸਿੰਘ ਖਹਿਰਾ ਦੀਆਂ ਜਿਹੜੀਆਂ ਸਟੇਟਮੈਂਟਾਂ ਸੀਗੀਆਂ, ਉਹ ਪੰਥ ਵਿੱਚ ਪੰਜਾਬੀਆਂ ਦੇ ਵਿੱਚ ਸ਼ਲਾਘਾ ਕੀਤੀ ਗਈ ਕਿ ਉਹਨਾਂ ਨੇ ਉਹਨਾਂ ਦੀ ਜਿਹੜੀ ਸਟੇਟਮੈਂਟ ਸੀਗੀ ਉਹ ਬਿਲਕੁਲ ਸੱਚਾਈ ਪੇਸ਼ ਕਰਦੀਆਂ ਸੀਗੀਆਂ। ਉਸ ਸੱਚਾਈ ਦਾ ਸਿਲਾ ਜਿਹੜੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਿਹੜੀ ਵਿਰੋਧੀ ਧਿਰ ਦੇ ਲੀਡਰ ਵਜੋਂ ਉਹ ਬਰਖਾਸਤ ਕਰਕੇ। ਸੋ ਇਸ ਗੱਲ ਨੂੰ ਸਾਨੂੰ ਸਮਝ ਲੈਣਾ ਚਾਹੀਦਾ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਕਿਤੇ ਨਾ ਕਿਤੇ ਜਿਹੜਾ ਨਾ ਸੈਂਟਰ ਦੀਆਂ ਪਾਲਸੀਆਂ, ਉਹ ਹਰ ਇੱਕ ਪਾਰਟੀ ਨੇ ਉਸ ਚੀਜ਼ ਦੇ ਅੰਡਰ ਹੀ ਚੱਲਣਾ ਆ। ਉਹ ਕੋਈ ਵੀ ਬੰਦਾ ਜਿਹੜਾ ਪੰਜਾਬ ਵਾਸਤੇ ਬੋਲੇਗਾ, ਪੰਜਾਬੀਅਤ ਵਾਸਤੇ ਬੋਲੇਗਾ, ਜਾਂ ਸਿੱਖ ਧਰਮ ਦੀ ਗੱਲ ਕਰੇਗਾ, ਉਹ ਉਹਨੂੰ ਛੇਕਣਗੇ। ਤੁਸੀਂ ਕਾਫੀ ਲੰਮਾ ਸਮਾਂ ਪੁਰਾਣੀ ਗੱਲ ਆ, ਸਿੱਖ ਡੇ ਪਰੇਡ ਤੇ ਨਿਊਯਾਰਕ ਵਿਖੇ ਜਥੇਦਾਰ ਅਕਾਲ ਤਖ਼ਤ ਸਾਹਿਬ ਜੋਗਿੰਦਰ ਸਿੰਘ ਬਦਾਤੀ ਉਹਨੀ ਆਏ ਸੀ, ਉਹਨਾਂ ਨੇ ਇੱਕ ਛੋਟੀ ਜਿਹੀ ਗੱਲ ਕੀਤੀ ਸੀ ਵੀ ਪੰਛੀਆਂ ਨੂੰ ਵੀ ਆਪਣੇ ਆਲਣੇ ਦੀ ਲੋੜ ਹੁੰਦੀ ਹੈ। ਸੋ ਉਸ ਵੇਲੇ ਬਾਦਲਾਂ ਨੇ ਉਹਨੂੰ ਵੀ ਜਥੇਦਾਰੀ ਤੋਂ ਲਾਤਾ। ਸੋ ਪਰ ਤੁਸੀਂ ਇਹ ਬਹੁਤ ਸਾਰੀਆਂ ਐਗਜ਼ਾਮਪਲਾਂ ਜਿਹੜੀਆਂ ਅੱਜ ਵੀ ਤੁਹਾਨੂੰ ਜਿਹੜੀਆਂ ਦੇਖਣ ਨੂੰ ਮਿਲਦੀਆਂ। ਮੇਰੇ ਖਿਆਲ 'ਚ ਜਿਹੜਾ ਸਿੱਖ ਆ ਪੰਜਾਬ ਦਾ, ਉਹਨੂੰ ਸਿਹਰਦ ਹੋਣਾ ਚਾਹੀਦਾ ਕਿ ਅਗਰ ਅਸੀਂ ਪੰਜਾਬੀਅਤ ਵਾਸਤੇ ਜੁਨੇ ਹਾਂ, ਪੰਜਾਬ ਵਾਸਤੇ ਜੁਨੇ ਹਾਂ, ਜੇ ਅਸੀਂ ਆਪਣੇ ਧਰਮ ਦੀ ਹੋਂਦ ਨੂੰ ਬਰਕਰਾਰ ਰੱਖਣਾ ਆ, ਆਪਣੇ ਪੰਜਾਬ ਦੀ ਫਿਊਚਰ ਨੂੰ ਸੇਫ ਰੱਖਣਾ ਆ, ਤਾਂ ਫਿਰ ਸਾਨੂੰ ਵਿਰੋਧ ਦੀ ਲਾਈਨ ਨੂੰ ਛੱਡ ਕੇ, ਨੋ ਮੈਟਰ ਕਿਹੜੀ ਜਥੇਬੰਦੀ, ਜੇ ਰੈਫਰੈਂਡਮ 2020 ਦੀ ਗੱਲ ਹੋ ਰਹੀ ਤਾਂ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਜੇ ਕੋਈ ਹੋਰ ਜਥੇਬੰਦੀ ਆਪਣਾ ਕੋਈ ਹੋਰ ਪ੍ਰੋਜੈਕਟ ਲਿਆਉਂਦੀ, ਸਾਨੂੰ ਸਪੋਰਟ ਕਰਨੀ ਚਾਹੀਦੀ ਆ। ਅਗਰ ਅਸੀਂ ਸਪੋਰਟ ਨਹੀਂ ਕਰ ਸਕਦੇ ਤਾਂ ਕੀਪ ਕੁਆਇਟ ਰਹੀਏ, ਅਸੀਂ ਵਿਰੋਧ ਨਾ ਕਰੀਏ, ਸੋਸ਼ਲ ਮੀਡੀਆ 'ਤੇ ਨਾ ਜਾਈਏ, ਅਖਬਾਰਾਂ 'ਚ ਨਾ ਜਾਈਏ, ਅਤੇ ਜਿਹੜਾ ਕੋਈ ਜਿੰਨਾ ਕੁ ਕਰ ਸਕਦਾ ਉਹਨੂੰ ਕਰਨ ਦਿਓ। ਸੋ ਕੁਛ ਨਾ ਕੁਛ ਕੌਮ ਦੀ ਝੋਲੀ ਪੈਂਦਾ ਆ, ਤੁਸੀਂ ਅਗਰ ਵਿਰੋਧ ਹੀ ਪਕੜ ਰੱਖਾਂਗੇ ਤਾਂ ਫਿਰ ਸਾਨੂੰ, ਅਸੀਂ ਕਈ ਵਾਰੀ ਕਹਿੰਦੇ ਹਾਂ ਕਿ RSS ਨੂੰ ਅਸੀਂ ਦਿੰਦੇ ਹਾਂ, ਜਾਂ ਸਰਕਾਰਾਂ ਨੂੰ, ਸੈਂਟਰ ਦੀਆਂ ਨੂੰ, ਜਾਂ ਏਜੰਸੀਆਂ ਨੂੰ ਅਸੀਂ ਵਿਰੋਧ ਕਰਦੇ ਹਾਂ, ਅਤੇ ਭਰਾਵੋ ਫਿਰ ਉਹ ਤਾਂ ਕੰਮ ਤੁਸੀਂ ਆਪ ਹੀ ਕਰੀ ਜਾਂਦੇ ਹਾਂ ਵਿਰੋਧ ਲੈਣ ਫੜ ਕੇ। ਸੋ ਮੈਂ ਕਹਿਣਾ ਚਾਹਾਂਗਾ ਵੀ ਤੁਸੀਂ, ਤੁਹਾਡਾ ਜਿਹੜਾ ਦੁਸ਼ਮਣ ਆ ਉਹ ਵੱਡਾ ਆ, ਅਤੇ ਤੁਸੀਂ ਇੱਕ ਹੋ, ਇੱਕ ਪਲੇਟਫਾਰਮ 'ਤੇ ਆਓ, ਅਤੇ ਆਪਾਂ ਜੇ ਆਪਣੀ ਉਸ ਆਜ਼ਾਦੀ ਦੀ ਜੰਗ ਨੂੰ ਫਤਿਹ ਕਰਨਾ, ਆਹ ਬਰਗਾੜੀ ਵਰਗੇ ਮੋਰਚੇ ਇਹ ਦਿਨਾਂ ਦੇ ਵਿੱਚ ਸਫਲ ਹੋ ਸਕਦੇ ਹਾਂ ਜੇ ਅਸੀਂ ਸਾਰੇ ਹੀ ਇੱਕ ਪਲੇਟਫਾਰਮ 'ਤੇ ਆ ਕੇ ਇਕੱਠੇ ਹੋ ਕੇ ਚੱਲੀਏ, ਅਸੀਂ ਵਿਰੋਧ ਲੈਣ ਨੂੰ ਛੱਡ ਦਈਏ, ਆਪਾਂ ਰਿਸਪੈਕਟ ਕਰੀਏ, ਕਮ ਸੇ ਕਮ ਜਿਹੜੀ ਆ ਉਹ ਇੱਕ ਦੂਜੇ ਦੀ ਵਿਰੋਧਤਾ ਨਾ ਕਰੀਏ। ਅਗਰ ਨਹੀਂ ਵੀ ਕੋਈ ਸਾਨੂੰ ਕਿਸੇ ਦਾ ਪ੍ਰੋਜੈਕਟ, ਕਿਸੇ ਦਾ ਮੋਰਚਾ ਜਾਂ ਕਿਸੇ ਦਾ ਰੈਫਰੈਂਡਮ ਨਹੀਂ ਪਸੰਦ ਆ, ਤਾਂ ਕਮ ਸੇ ਕਮ ਅਸੀਂ ਸ਼ਾਂਤ ਰਹੀਏ, ਕੀਪ ਕੁਆਇਟ ਰਹੀਏ, ਜਿਹੜਾ ਕੋਈ ਕਰਦਾ ਉਹਨੂੰ ਕਰ ਲੈਣ ਦਈਏ ਜੀ, ਜੇ ਅਸੀਂ ਨਹੀਂ ਸਪੋਰਟ ਕਰਦੇ ਜੀ। ਬਿਲਕੁਲ। ਸੋ ਇਸ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸਾਡੇ ਦਰਸ਼ਕਾਂ ਕੋਲੋਂ ਵੀ, ਜਿਹੜਾ ਅੱਜ ਦਾ ਸਾਡਾ ਸਮਾਂ ਹੈਗਾ ਸ਼ੋਅ ਦਾ, ਉਹ ਇੱਥੇ ਹੀ ਸਮਾਪਤ ਹੁੰਦਾ, ਇਜਾਜ਼ਤ ਚਾਹੂੰਗਾ ਦਰਸ਼ਕਾਂ ਕੋਲੋਂ ਵੀ ਅਤੇ ਤੁਹਾਡੇ ਕੋਲੋਂ ਵੀ। ਅੰਤ ਦੇ ਵਿੱਚ ਇਹੀ, ਜਿਵੇਂ ਹਿੰਮਤ ਸਿੰਘ ਉਹਨਾਂ ਨੇ ਕਿਹਾ ਕਿ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਲੀਡ ਕਰਨਾ, ਬਰਗਾੜੀ ਮੋਰਚੇ ਦੀ ਗੱਲ ਹੈਗੀ ਹੈ ਜਾਂ ਅਦਰਵਾਈਜ਼ ਜਿਹੜੇ ਇਸ਼ੂਜ਼ ਨੇ, ਤਾਂ ਸੁਹਿਰਦਤਾ ਦੇ ਨਾਲ, ਇਮਾਨਦਾਰੀ ਦੇ ਨਾਲ ਉਹਦੇ 'ਤੇ ਕੰਮ ਕਰੀਏ, ਇਕੱਠੇ ਹੋ ਕੇ ਜੋ ਵੀ ਬਣਦਾ ਸਰਦਾ ਯੋਗਦਾਨ ਇਹਦੇ 'ਚ ਅਸੀਂ ਪਾ ਸਕਦੇ ਹਾਂ ਉਹ ਪਾਈਏ। ਸੋ ਇੱਥੇ ਅੱਜ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਹਿੰਮਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।